ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਪਣੀ ਫੋਟੋ ਆ ਗਈ ਕੈਮਰੇ 'ਚ, ਤੁਹਾਡਾ ਆਪਣੇ ਵਲੋਗ 'ਚ ਸਵਾਗਤ ਆ ਨਾਲੇ। ਆਹ ਦੇਖੋ ਆਪਾਂ ਅੱਜ ਕੀ ਕੀਤਾ, ਪਹਿਲਾਂ ਤਾਂ ਪੱਖਾ ਚੱਕ ਲਿਆ, ਪੱਖਾ 'ਚ ਲਾ ਕੇ ਦੇਖਿਆ ਇਹਨਾਂ ਦਾ, ਲੈ ਕੇ ਥੋੜ੍ਹਾ ਜਿਹਾ ਛੱਡਤਾ। ਫਿਰ ਆਪਾਂ ਘਰੇ ਰੈਕ ਬਣਾਇਆ ਸੀ, ਪੇਂਟ ਕਰਕੇ ਰੱਖਿਆ ਸੀ, ਜੁੱਤੀਆਂ ਦਾ ਰੈਕ ਵੀ ਰੈਡੀ ਹੋ ਗਿਆ, ਬੜੇ ਕੰਮ ਕੀਤੇ ਬਈ। ਫਿਰ LCD ਦਾ ਸਿਸਟਮ ਜਿਹਾ ਲਾਇਆ, LCD ਸਟੈਂਡ, ਪਰ ਤੁਹਾਨੂੰ ਦਿਖਾਉਂਦੇ ਹਾਂ ਥੋੜ੍ਹੀ ਜਿਹੀ, ਇੱਥੇ ਬਿਪਤਾ ਵਾਲੀ ਗੱਲ ਹੋ ਗਈ ਸੀ, ਰਸ ਕੇ ਜੇ ਸਾਫ ਤਾ, ਪਰ ਫਿਰ ਬਿਪਤਾ ਵਧੀ। ਫਿਰ ਦੇਖੋ ਆਪਾਂ ਬਿਪਤਾ ਦਾ ਫਿਰ ਕੱਢਿਆ ਹੱਲ। ਹੁਣ ਕਰਦੇ ਹਾਂ ਵਲੋਗ ਦੀ ਸ਼ੁਰੂਆਤ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਕੀ ਹਾਲ ਚਾਲ, ਆਪਣੇ ਵਲੋਗ 'ਚ, ਆਪਣੇ ਚੈਨਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਯਾਰ। ਅੱਜ ਨਾ ਆਪਾਂ ਸਮਾਨ ਲੈਣ ਗਏ ਸੀ ਅਤੇ ਕੋਸਕੋ 'ਚੋਂ, ਜੇ ਕਿਸੇ ਨੂੰ ਪਤਾ ਹੋਵੇ, ਅਤੇ ਉੱਥੇ ਉਹ ਚੀਜ਼ ਮਿਲੀ ਨਹੀਂ ਅਤੇ ਮਹਿੰਗਾ ਸੀ ਸਮਾਨ ਕਾਫੀ, ਮਤਲਬ ਉੱਦਾਂ ਕਹਿਣ ਨੂੰ ਉਹ ਸਸਤਾ, ਪਰ ਅਸੀਂ ਦੇਖਿਆ ਕੰਪੇਅਰ ਕਰਕੇ ਦੂਜੀ ਸੁਪਰ ਮਾਰਕੀਟ ਨਾਲੋਂ ਬਹੁਤ ਮਹਿੰਗਾ ਸਮਾਨ ਲੱਗਿਆ ਸਾਨੂੰ, ਤਾਂ ਅਸੀਂ ਫਿਰ ਉੱਥੋਂ ਆਏ ਗਏ, ਉੱਥੋਂ ਪਾਣੀ ਪੂਣੀ ਚੱਕਿਆ, ਜਿਹੜੀ ਚੀਜ਼ ਸਸਤੀ ਹੈ ਉੱਥੋਂ ਪਾਣੀ ਸਸਤਾ ਕਾਫੀ, ਪਾਣੀ ਬੰਦਾ ਚੱਕ ਸਕਦਾ, ਪਾਣੀ ਚੱਕ ਕੇ ਅਤੇ ਟਿਸ਼ੂ ਵਗੈਰਾ ਕੁਛ ਨਹੀਂ ਲਿੱਤਾ। ਫਿਰ ਅਸੀਂ ਹੁਣ ਚੱਲੇ ਹਾਂ ਦੂਜੇ ਸੁਪਰ ਮਾਰਕੀਟ 'ਚ ਆਸ ਦਾ, ਅਤੇ ਉੱਥੇ ਜਾ ਕੇ ਦੇਖਦੇ ਹਾਂ ਕੀ ਹਿਸਾਬ ਕਿਤਾਬ ਆ, ਅਤੇ ਮੈਂ ਅਤੇ ਨਾਲ ਕਰਨ ਜਿਹੜਾ ਹਮੇਸ਼ਾ ਹੁੰਦਾ ਹੀ ਆ। ਚਲੋ ਹੁਣ ਆਪਾਂ ਉੱਥੇ ਚੱਲਾਂਗੇ, ਤੁਹਾਨੂੰ ਦਿਖਾਉਂਦੇ ਹਾਂ, ਵਲੋਗ ਹੁਣ ਸਟਾਰਟ ਹੋ ਗਿਆ, ਹੁਣ ਇਕੱਲੀ ਇਕੱਲੀ ਚੀਜ਼ ਦਿਖਾਉਣੀ ਆ ਤੁਹਾਨੂੰ। ਚਲੋ ਜੀ ਆਪਾਂ ਪਹੁੰਚ ਗਏ ਆਸ ਦਾ, ਜਿੱਥੇ ਆਪਾਂ ਪਹੁੰਚਣਾ ਸੀ, ਤੁਹਾਨੂੰ ਨਾਲ ਨਾਲ ਦਿਖਾਵਾਂਗੇ। ਹੁਣ ਚਲੀਏ ਹੁਣ ਗੱਡੀ 'ਚੋਂ, ਪਹੁੰਚ ਹੀ ਗਏ ਹਾਂ ਵੈਸੇ ਤਾਂ ਆਪਾਂ। ਇਹ ਆ ਜੀ ਆਸ ਦਾ ਇੱਥੇ ਦਾ ਸੁਪਰ ਮਾਰਕੀਟ, ਇਹ ਇੱਥੇ ਦਾ ਸਟੋਰ, ਗੱਡੀ ਕਰਤੀ ਬੰਦ ਕਰਤੀ, ਬਸ ਠੀਕ ਆ। ਇਹ ਆ ਸੁਪਰ ਮਾਰਕੀਟ, ਸੁਪਰ ਸਟੋਰ ਕੁਛ ਵੀ ਕਹਿ ਲਓ, ਬਹੁਤ ਵੱਡਾ। ਇਹ ਹੈਗਾ ਗ੍ਰੇਟ ਬਾਰ ਦਾ, ਜਿਹੜੀ ਸਾਈਡ ਅਸੀਂ ਆਏ ਹਾਂ, ਪਾਰਕਿੰਗ ਵੀ ਜਿੱਡਾ ਕਹੇ ਆਪ ਉਹ ਤੋਂ ਦੁੱਗਣੀ ਪਾਰਕਿੰਗ ਆ, ਤੁਹਾਨੂੰ ਪਤਾ ਫਿਰ ਪਾਰਕਿੰਗ ਤਾਂ ਵੱਡੀ ਹੋਣੀ ਚਾਹੀਦੀ ਆ। ਤੁਹਾਨੂੰ ਬਾਕੀ ਉੱਪਰ ਜਾ ਕੇ ਦਿਖਾਉਂਦੇ ਹਾਂ, ਰੇਹੜੀ ਚੱਕਣੀ ਪੈਣੀ ਆ। ਇਹ ਇੱਥੇ ਇਹਨਾਂ ਨੇ ਰੇਹੜੀਆਂ ਛੱਡੀਆਂ ਹੁੰਦੀਆਂ ਨੇ, ਅਤੇ ਇਹ ਆਪਾਂ ਕਈ ਵਾਰ ਫਸੀ ਵੀ ਹੁੰਦੀਆਂ, ਨਹੀਂ ਚੱਕੀ ਜਾਂਦੀ, ਨਵੀਂ ਚੱਕ ਲਓ, ਕੋਈ ਗੱਲ ਨਹੀਂ। ਬਸ ਤੁਹਾਨੂੰ ਅਸੀਂ ਅੰਦਰ ਜਾ ਕੇ ਦਿਖਾਉਂਦੇ ਹਾਂ ਹੁਣ ਕੀ ਮਾਹੌਲ ਆ ਅੰਦਰ ਦਾ। ਆਹ ਬੂਟੇ ਬੂਟੇ ਫੁੱਲ ਬੂਟੇ ਸਭ ਕੁਛ ਲਾਇਆ ਹੋਇਆ ਇਹਨਾਂ ਨੇ, ਪੰਜ ਪੰਜ ਪੌਂਡ ਦੇ। ਆ ਨਿੰਮਾ ਕੇ ਕੀ ਆ ਦੇਖ, ਇਹ ਕਿਹੜਾ ਲਾਈ, ਇਹ ਉਹ ਦੂਜਾ ਹੁੰਦਾ ਆਪਣਾ, ਰੋੜਾ ਰੋੜਾ ਤੇ ਲਾਉਂਦੇ ਹੁੰਦੇ ਆ, ਬੜੇ ਘੈਂਟ ਨੇ ਫੁੱਲ ਬੂਟੇ ਯਾਰ। ਇਹ ਕੀ ਆ, ਖੁਸ਼ਬੂ ਵੀ ਨਹੀਂ ਹੈ ਇਹਦੀ ਤਾਂ, ਮੈਂ ਕਹਿੰਦੇ ਪੁਦੀਨਾ ਪੁਦੀਨਾ ਨਹੀਂ ਹੈ। ਸਾਰੇ ਪਲਾਂਟਸ ਨੇ ਵਧੀਆ, 3-4-5 ਪਾਉਂਡ, 5 ਪਾਉਂਡ ਦੇ 3 ਨੇ ਯਾਰ ਇਹ। ਬਾਕੀ ਹੁਣ ਤੁਹਾਨੂੰ ਅੰਦਰ ਜਾ ਕੇ ਦਿਖਾਉਂਦਾ, ਤੇ ਕੋਲਾ ਵੀ ਚੱਕਣਾ ਸੀ ਥੋੜ੍ਹਾ ਜਿਹਾ। ਇਹ ਲੱਗਿਆ ਕਿੰਨੇ ਦਾ, ਕੋਈ ਟੈਂਪਰੇਚਰ ਲੱਗਿਆ, ਕੰਨਿਆਂ ਦਾ ਕਿੰਨੇ ਦਾ, 5 ਦਾ ਚੱਕ ਲਾ ਫਿਰ, ਦੋ ਪੈਕ ਅੰਦਰ ਹੋਣੇ ਇਹਦੇ, 2 ਪੈਕ, ਅਤੇ ਅਸੀਂ ਥੋੜ੍ਹਾ ਜਿਹਾ ਹੁਣ ਇਹ ਚੱਕਣਾ, ਬਾਅਦ ਵਿੱਚ ਆਉਂਦੇ ਹੁੰਦੇ ਚੱਕ ਲਾਂਗੇ। ਜੀ ਹੁਣ ਅਸੀਂ ਐਂਟਰ ਕਰਨ ਲੱਗ ਗਏ ਹਾਂ ਜੀ ਆਸ ਦਾ, ਤੁਹਾਨੂੰ ਦਿਖਾਈ ਜਾਂਦਾ ਸਾਰਾ, ਇੱਥੇ ਮੇਰੀ ਫੋਟੋ ਆ ਜਾਂਦੀ। ਅਸੀਂ ਅੰਦਰ ਐਂਟਰ ਕਰਕੇ ਤੁਹਾਨੂੰ ਨਾਲ ਦੀ ਨਾਲ ਦਿਖਾਈ ਜਾਂਦੇ ਹਾਂ ਸਿਸਟਮ ਵੀ ਕੀ ਹੈ ਇੱਥੇ। ਭੀੜ ਜੀ, ਭੀੜ ਇੱਥੇ ਵੀ ਬਹੁਤ ਰਹਿੰਦੀ ਆ, ਅੱਧੀ ਕੋਈ ਵੀ ਆਈਟਮ ਆ ਤੁਸੀਂ ਇੱਥੋਂ ਚੱਕ ਸਕਦੇ ਹਾਂ, ਹਰ ਚੀਜ਼ ਮਿਲ ਜਾਂਦੀ ਆ, ਹਰ ਤਰ੍ਹਾਂ ਦੀ ਚੀਜ਼, ਪੱਖਾ, ਠੰਡੀ ਹਵਾ ਲਈ ਪੱਖਾ ਅਤੇ ਗਰਮ ਹਵਾ ਲਈ ਹੀਟਰ, ਸਭ ਕੁਛ ਮਿਲ ਜਾਂਦਾ, ਸਭ ਕੁਛ। ਆਹ ਪੋਚੇ, ਆਹ ਫੈਵੀਕਵਿਕਾਂ, ਫੈਵੀਕੋਲ, ਆਹ ਛੋਟੀਆਂ ਪੱਖੀਆਂ ਜਿਹਨੂੰ ਜ਼ਿਆਦਾ ਗਰਮੀ ਲੱਗਦੀ ਆ, ਬੱਸਾਂ 'ਚ ਬੈਠ ਕੇ ਲੱਗਦੀ ਨਹੀਂ ਹੁੰਦੀ ਗਰਮੀ, 1.5 ਪੌਂਡ ਦਾ। ਆ ਦੇਖੋ ਚੱਲਦਾ ਨਾ ਐਨ, ਆਪਾਂ ਇਹਨੂੰ ਕੱਢਤਾ ਲਿਆ, ਹੁਣ ਪਤਾ ਨਹੀਂ ਕਿੱਥੇ ਫਸਾਉਣਾ, ਹੁਣ ਇੱਦਾਂ ਫਸਾ ਕੇ ਰੱਖ ਦਿੰਦੇ, ਕੋਈ ਗੱਲ ਨਹੀਂ, ਕੋਈ ਨਹੀਂ ਆਉਣ ਲੱਗਿਆ ਇੱਥੇ। ਚੱਲੀ 5 ਪੌਂਡਾਂ ਦੀ
ਜਿਹੜੀ ਚੀਜ਼ ਜ਼ਰੂਰਤ ਵਾਲੀ ਉਹਦਾ ਚੱਕਣੀ ਆ। ਬੱਲਬ ਬੱਲਬ ਲੈਣੇ ਸੀ ਆਪਾਂ, ਬਾਕੀ ਅਸੀਂ ਹੁਣ ਘਰ ਦਾ ਸਮਾਨ ਲੈਣਾ ਤੇ ਥੋੜ੍ਹਾ ਜਿਹਾ ਤੁਹਾਨੂੰ ਵੀ ਦਿਖਾਉਂਦੇ ਹਾਂ। ਟਿਸ਼ੂ ਟਾਸ਼ੂ ਜਿਹੇ ਚੱਕਣੇ ਆ, ਇਹ ਹੈਗਾ ਜੀ ਆਸ ਦਾ, ਆਹ ਦਾਰੂ ਦੂਰੂ ਪਈ ਆ, ਇਹ ਗਲਤ ਚੀਜ਼ ਆ ਥੋੜ੍ਹੀ ਜਿਹੀ। ਹੁਣ ਚੱਲੇ ਹਾਂ ਅਸੀਂ ਸਮਾਨ ਲੈਣ ਘਰ ਲਈ, ਅਤੇ ਇੱਧਰ ਆ ਦੇਖੋ ਵਿੱਚ ਇਹਦੇ ਆ ਵੀ ਬਣਿਆ ਹੋਇਆ। ਇਹ ਸਾਰਾ ਬਣਿਆ ਹੋਇਆ ਇੱਥੇ ਖਾਣ ਪੀਣ ਨੂੰ, ਬੇਕਰੀ ਵੀ ਵਿੱਚ ਆ ਦੇਖੋ। ਪਤਾ ਨਹੀਂ ਕਦੇ ਕਦੇ ਕੀ ਚੱਕਣ ਲੱਗ ਜਾਂਦਾ ਗੋਰਿਆਂ ਵਾਲੀਆਂ ਚੀਜ਼ਾਂ। ਦਿਖਾਉਂਦੇ ਤੁਹਾਨੂੰ ਬਹੁਤ ਜ਼ਿਆਦਾ ਜਗ੍ਹਾ 'ਚ ਜਾਣ ਨਾਲੋਂ ਇੱਥੇ ਇੱਕ ਜਗ੍ਹਾ ਆ ਜਾਵੇ ਬੰਦਾ, ਹਰ ਚੀਜ਼ ਮਿਲ ਜਾਂਦੀ ਆ, ਹਰ ਪ੍ਰਕਾਰ ਦੀ ਚੀਜ਼ਾਂ ਦੇਖੋ, ਜਿਵੇਂ ਘਰ ਦੇ ਭਾਂਡੇ ਸਮਾਨ ਸਭ ਕੁਛ ਪਿਆ ਇੱਥੇ, ਸਭ ਕੁਛ। ਕਿੰਨੇ ਪੈਸੇ ਦਾ ਫਰਕ ਹੋ ਗਿਆ, ਘੱਟੋ ਘੱਟ 1000-1200 ਰੁਪਏ ਦਾ ਫਰਕ ਪੈ ਗਿਆ, ਤੇ 14 ਪਾਉਂਡਾਂ ਦਾ ਇੱਥੇ ਦੇ ਹਿਸਾਬ ਨਾਲ ਵੀ ਥੋੜੇ ਨੀ ਹੈਗੇ, ਕਾਫੀ ਜ਼ਿਆਦਾ ਨੇ। ਉਹ ਵੀ ਹੈਗਾ ਤੇ ਅੱਜ ਸਮਾਨ ਵੀ ਕਿੰਨਾ ਮਿਲ ਰਿਹਾ ਦੇਖੋ, ਉਹ 'ਚ ਸਮਾਨ ਸਿਰਫ ਚਾਕੂ ਸੀ ਕਦੇ। ਇੱਕ ਚਾਕੂ ਵੀ ਲੈ ਲਿਆ ਆਪਾਂ ਨੇ, ਤੇ ਇੱਕ ਚਾਕੂ ਰੱਖਣ ਨੂੰ ਸਟੈਂਡ, ਬਾਕੀ ਦੇਖਦੇ ਹਾਂ ਹੁਣ ਸਾਨੂੰ ਕੀ ਸਹੀ ਲੱਗਦਾ ਤੁਹਾਨੂੰ ਵੀ ਦਿਖਾਵਾਂਗੇ ਕੀ ਕੀ ਸ਼ੋਪਿੰਗ ਕਰਦੇ ਪਏ ਹਾਂ, ਕੀ ਕੀ ਗਰੋਸਰੀ ਡੇ ਜੱਕੀ ਜਾਂਦਾ। ਆਹ ਉਹੀ ਕਿਹੜਾ ਹੀ ਨਹੀਂ ਹੈ ਜਿਹੜੀ ਉਹ ਦਿੰਦੇ ਹੁੰਦੇ ਆ ਰੈਸਟੋਰੈਂਟਾਂ 'ਚ ਬਾਲਟੀ, ਉਹੀ ਮੈਂ ਕਹਿੰਦਾ ਸਬਜ਼ੀ ਸੁਬਜ਼ੀ ਥੋੜ੍ਹੀ ਗਰਮ ਲਿਖਿਆ ਉਹਨੇ ਬਾਲਟੀ ਹੁੰਦਾ ਇੰਨੀ ਕੁ ਚ ਦੇ ਦਿੰਦੇ ਬਾਲਟੀ 'ਚ ਪਾ ਕੇ, ਸਬਜ਼ੀ ਸੁਬਜ਼ੀ ਕਰਨ ਨੂੰ ਵਧੀਆ ਹੈ ਨਾ ਛੋਟੀ। ਰੱਖ ਲਾ ਰੱਖ ਲਾ ਜੀ, ਕਿੰਨੀਆਂ ਦੋ ਹੀ ਆ ਪੈਕ ਹੀ ਆ, ਰੱਖ ਲਾ ਦੇਖ ਬਣਾਉਣ ਨੂੰ ਦੇਣਾ ਜੇ। ਸਾਰਾ ਸਮਾਨ ਮਿਲਦਾ ਯਾਰ, ਕੜਾਹ ਦੇ 2.5 ਪਾਉਂਡ ਦੀ ਆ, 2 ਹਾਂ ਚਾਹ ਪੁਣੀ 2 ਪਾਉਂਡ ਦੀ ਮਹਿੰਗੀ ਲਾਈ ਹੋਈ ਆ, ਹੋਰ ਮਹਿੰਗੀ ਹੋ ਆ। ਅਤੇ ਹੁਣ ਅਸੀਂ ਆਏ ਹੋਏ ਸੀ, ਅਸੀਂ ਐੱਲ ਈ ਡੀ ਵੀ ਦੇਖਦੇ ਪਏ ਸੀ, ਸਾਨੂੰ ਉੱਥੇ ਐੱਲ ਈ ਡੀ ਬਹੁਤ ਮਹਿੰਗੀ ਲੱਗੀ, ਤਾਂ ਅਸੀਂ ਹੁਣ ਜਿਹੜਾ ਇੱਥੇ ਆ ਕੇ ਦੇਖਿਆ ਇਹਦਾ ਪ੍ਰਾਈਜ਼ ਹੋਰ ਵੀ ਸਸਤਾ ਸੀ ਉਹਦੇ ਨਾਲੋਂ, ਅਸੀਂ ਸੋਚਦੇ ਹਾਂ ਹੁਣ ਇਹ ਵੀ ਚੱਕ ਕੇ ਲੈ ਜਾਣੀ ਹੈ ਨਾਲ। ਅਸੀਂ ਨਾ ਹੁਣ ਥੋੜ੍ਹਾ ਜਿਹਾ ਉਲਝ ਕੇ ਵੀ ਕਿਹੜੇ ਵਾਲੀ ਲਈਏ, ਕਿਉਂਕਿ ਕੰਪਨੀਆਂ ਅਲੱਗ ਅਲੱਗ ਨੇ ਅਤੇ ਪ੍ਰਾਈਜ਼ ਸੇਮ ਨੇ ਇਹਨਾਂ ਦੇ, ਬਣਿਆ ਹੋਇਆ ਸਿਸਟਮ ਜਿਹਾ ਇੱਥੇ ਹੱਥ ਪੈ ਗਿਆ। ਚੱਲ ਇਹਦਾ ਉਹ ਹੋਊਗਾ ਸਟੈਂਡ ਵਗੈਰਾ, ਸਟੈਂਡ ਚੱਲ ਹੋ ਗਿਆ ਸਿਸਟਮ, ਚੱਕ ਲਈ ਐੱਲ ਈ ਡੀ ਦੇਖੋ, ਨਾ ਤੀ ਰੇਲ ਗੱਡੀ ਤੁਸੀਂ ਐਂ ਦੇਖੋ ਹੁਣ ਸ਼ਾਇਦ। ਚਲੋ ਹੁਣ ਪੇਮੈਂਟ ਕਰਾਂਗੇ ਪਹਿਲਾਂ, ਫਿਰ ਤੁਹਾਨੂੰ ਦਿਖਾਉਂਦੇ ਹਾਂ, ਜੇ ਹੋਰ ਵੀ ਕੁਛ ਲੈਣਾ ਹੋਇਆ ਵਾਪਸ ਆ ਜਾਵਾਂਗੇ ਫਿਰ ਨਾਲ ਦੀ ਨਾਲ, ਬਸ ਤੁਸੀਂ ਅੱਜ ਨਾਲ ਆ ਮੇਰੇ। ਚਲਦੀ ਚਲਦੀ ਰੇਹੜੀ ਆਪੇ ਰੁਕ ਜਾਂਦੀ ਆ, ਇਹਦੇ ਵਿੱਚ ਮੈਗਨੇਟ ਆ ਨਾ, ਇਹ ਸੈਲਫ ਪੇ, ਤੁਸੀਂ ਆਪਣੇ ਆਪ ਪੇ ਕਰਕੇ ਲੈ ਕੇ ਜਾ ਸਕਦੇ ਚੀਜ਼ਾਂ, ਮਤਲਬ ਕੋਈ ਨਹੀਂ ਇੱਥੇ ਹੋਊਗਾ, ਪਰ ਉੱਥੇ ਦੂਜੇ ਹੁੰਦੇ ਨੇ ਬੈਠੇ, ਫਿਰ ਆਪਾਂ ਉੱਥੇ ਜਾ ਕੇ ਕਰਾਵਾਂਗੇ, ਕਿਉਂਕਿ ਆਪਣੇ ਕੋਲ ਸਮਾਨ ਵੱਡਾ। ਪੇਮੈਂਟ ਕਰਤੀ, ਇਹ ਹੁਣ ਹੋ ਗਈ ਆਪਣੀ, ਇਹ 2 ਸਾਲ 'ਚ ਕੁਛ ਵੀ ਹੋ ਗਿਆ ਜਦੇ ਬਦਲਾ ਕੇ ਲੈ ਜਾਣੀ ਆ, ਐਸੇ ਹੋਵੇ ਹੀ ਨਾ ਯਾਰ, ਨਾ 2 ਸਾਲ ਨਾ 5 ਸਾਲ। ਈਜ਼ੀ ਹੈ ਯਾਰ ਇਹ ਸਟੋਰ ਬਹੁਤ, ਹੁਣ ਹੋ ਗਿਆ ਸੀ ਬੰਦ, ਆਪਾਂ ਪ੍ਰੈਸ ਵੀ ਲੈ ਲਈ, ਤੁਹਾਨੂੰ ਦਿਖਾ ਨਹੀਂ ਪਾਇਆ ਸੀ ਕਿੰਨੀ ਜੱਦੋ ਜਹਿਦ ਨਾਲ ਐੱਲ ਈ ਡੀ ਅੰਦਰ ਰੱਖੀ ਆ। ਹੁਣ ਘਰ ਜਾ ਕੇ ਦਿਖਾਉਂਦੇ ਤੁਹਾਨੂੰ, ਹੈਲੋ, ਕਿਵੇਂ ਫਿੱਟ ਫੁੱਟ ਕਰਨਾ ਜਾ ਕੇ ਸਿਸਟਮ, ਚਲੋ ਮਿਲਦੇ ਹਾਂ ਉੱਥੇ ਜਾ ਕੇ। ਠੀਕ ਹੈ ਜੀ, ਘਰ ਪ੍ਰੈਸ ਆ ਲੈ ਜੀ ਮਾੜੀ ਜੀ, ਪ੍ਰੈਸ ਫੜੀ, ਹੁਣ ਕੱਢਦੇ ਹਾਂ ਸਮਾਨ ਸਾਰਾ, ਖਲਾਉਂਦੇ ਇਹਨਾਂ ਤੋਂ ਗੇਟ, ਨਾਲੇ ਦੇਖਦੇ ਇਹਨਾਂ ਦਾ ਰਿਐਕਸ਼ਨ ਇਹ ਕੀ ਕਹਿੰਦੇ ਨੇ, ਇਹਨਾਂ ਨੇ ਕੀ ਕਹਿਣਾ ਵੈਸੇ, ਦੇਖ ਵੀ ਲੈਂਦੇ ਵੈਸੇ ਕਹਿੰਦੇ ਕੀ ਨੇ। ਚਲੋ ਹੁਣ ਲੈ ਕੇ ਚੱਲਦੇ ਹਾਂ, ਕੱਢਦੇ ਹਾਂ ਬਾਹਰ, ਹੈ ਨਹੀਂ ਇਹਨਾਂ ਚੱਕੀ ਗੱਡੀ 'ਚ, ਦੇਖੋ ਕੱਪ ਵੀ ਇੱਦਾਂ ਹੀ ਰੱਖ ਦਿੰਦੇ ਚਾਹਾਂ ਚੂਹਾਂ ਪੀ ਕੇ।
ਕਰਨੇ ਹੁੰਨੇ ਆ ਜਦੋਂ ਟਾਈਮ ਜਾਣਾ ਨਾ ਮਿਲੇ ਫਿਰ ਗੱਡੀ 'ਚ ਚੱਲਦਾ ਸਾਰਾ ਕੁਛ ਤੂੰ ਕਿਵੇਂ ਪਿਆ ਸਿਸਟਮ ਸਾਰਾ ਨਾ ਕੋਈ ਸਫਾਈ ਦਾ ਨਾ ਇਹਨੂੰ ਨਾ ਕੋਈ ਕੁਛ ਉੱਠ ਜਾ ਬਈ ਉੱਠ ਜਾ रिएक्शन सुस्त पए ने जमे रिएक्शन कोई फर्क ही नहीं पै रहा दिखा माड़ा मोटा भी हां भी कमाल करती यार तेरा जमा ही भी चलो कोई नहीं हूँ थोड़ा जा उठूगा हम थो अनबॉक्सिंग दिखाइए पहला ए कर नहीं नहीं टेढ़ी पा ला ना ऐदा टेढ़ी पा ला टेढ़ी पा के निकलूंगी बस हूँ वह खिच कर ली एनू फड़ ला उतो खिच ला बाहर बस वह उधरों खिच ला गत्ता खिच ला गत्ता चिड़िया खिचिया ने फिर कह दे आ गई नवी शार्प की एलईडी हूँ लगन गई मोजा मोजा नी मतलब महफल दिल लगूगा थोड़ा जहा हूँ इतने होर जीता लिया एक होर पंगा पै गया पिछे वाला स्टैंड नहीं है नीचे रखने वाला तो है नीचे रखनी नहीं लानी कंध ते आ लगता दोबारा जाना पैना उ स्टैंड देने सिर्फ चल फिर कर ना होर करिए भी की स्टैंड लेके आवेंगे इन्ने बंश ने सफाई सफुई कर देनी बस ही आ गए वापस जी आप गैरेज पहुँच गए गैरेज लिया खोल बनाता शूर है वधिया यार सही है अच्छा ये तो मैं हुण देखिया बहुत वधिया काम करे यार तुसीं ने पेंट भी करता चल भाई वधिया बनाता सिस्टम मतलब इन देखियो थोड़े उत्ते थोड़ा दिखावे कवर कर देना यह सारा साढ़े को एक चीज पे जगयाल वो आ बैड रखते होर सिस्टम पे बाकी देख रहे हूं बाकी तो बस जो भी है उ दिखाई जा रहे हैं देखी जा रहे हैं तुम सू बस अं प्यार पसंद दे रहे हो इन तो सीधा आप इत रख देना हाँ देखो बाकी हम देख रहे हैं फिट आ नहीं आना तो चाहिए आ भी गया वैसे हूँ एक होर जगह चले समान लेना हवा बहुत तेज अज आके मिलते हैं या उत्थे जाके भी थोड़ा दिखावे भी आप कितने की समान ले चले चलो फिर छुट्टी का दिन होता काम बहुत होंगे ने पर काम कोई ना कोई निकल आता निकल ही आते हैं बस निकल ही आते हैं चलो बनते भी ने काम ही करना आए हैं मिलते हैं थोड़ा उत्थे जाके थोड़ा दिखाने सिस्टम जहा पहुंच एक और जगह ते वो जगह है कि है जी तुम भी देख लो इतने पहुंच गए अंदर जाके मैं भी पहली बार आ रहा देख रहा कि हिसाब किताब अंदर किचन पूरी टूल वगैरह वाला सिस्टम ज्यादा है इतने टेप मास्किंग टेप डबल टेप चाहिए अपन एक इतने पहली बार आ रहे हैं देखो कि सिस्टम है तुम आ चीज देख सकते हैं कि पहले ही बनाया हुआ किचन का सौदा भी तुम कि मेरी किचन बना सकते हैं वधिया यार कितना घंट लगता देखने देखो ऐ लगता किचन ही होंगी जिम्मे घर की उधर किचन रेडी है प्रोजेक्ट बनाया हुआ इधर सीटा सिस्टम सारा काफ़ी बड़ा किसी ने घर का समान टैलां टूलों लेनिया हूँ वह भी इतने आके अपना समान ले सकता काफ़ी सिस्टम है इतने काफ़ी समान आ मतलब जे किसी ने घर टैलों कोई भी लगवानी हो कुछ भी आदि को टैल पदर पे समान काफ़ी आ ले ले आप स्टैंड जे तीन ले ले दिखावे थोड़ा कि हाँ किन्ने पाँह बस ठीक बैड ली पूरा एक बैड ली होंगे बाकी भी समान बन जाना बैड ली शीटा कुछ भी लेके जाना इतों सही है ना सस्ता क्योंकि कम तो आप आप ही कर लेना बस हम तुम्हें ये दिखाने आप कि लाना घर जाके चलो बल्लब जी भी देखते फिरते घर लिए बल्लब भी मिल गए तो इतने सस्ते भी ने उन्होंने नालों जेडे आप पहला देखे थे दूजे सुपर मार्केट हम देखते हैं कोई ना कोई चक लेना जो लगे बहुत ने
ਲਾਈਟਾਂ ਦਾ ਪ੍ਰੋਜੈਕਟ ਵੀ ਲਾ ਕੇ ਦਿਖਾਇਆ ਹੋਇਆ ਵੀ ਇਦਾਂ ਇਦਾਂ ਦੀ ਲਾਈਟ ਆ ਇੱਥੇ। ਸਮਾਨ ਜਾਂ ਤਾਂ ਲੈ ਲਿਆ, ਬੱਲੋ ਬੁੱਲੋ ਵੀ ਜੇ ਵੀ ਲੈ ਲਏ, ਬਾਕੀ ਤੁਹਾਨੂੰ ਘਰ ਜਾ ਕੇ ਦਿਖਾਉਂਦੇ ਹਾਂ। ਹਾਲੇ ਮਤਲਬ ਅਸੀਂ ਅੱਜ ਸਵੇਰ ਜਲਦੀ ਦੇ ਨਿਕਲੇ ਹੋਏ ਹਾਂ, ਹੁਣ 12 ਵੱਜ ਗਏ ਆ, ਅਸੀਂ 9:30-9 ਵਜੇ ਨਿਕਲ ਗਏ ਸੀਗੇ, ਹੁਣ 12 ਵਜੇ ਆ ਅਤੇ 12:30 ਅਤੇ ਘਰ ਜਾ ਕੇ ਹੁਣ ਦੇਖਦੇ ਹਾਂ, ਨਾਲੇ ਤੁਹਾਨੂੰ ਦਿਖਾਉਂਦੇ ਹਾਂ ਵੀ ਕਿੱਦਾਂ ਦਾ ਹੈ ਸਮਾਨ, ਥੱਕ ਜੇ ਗਏ ਆਰਾਮ ਕਰਾਂਗੇ ਉਸ ਤੋਂ ਬਾਅਦ। ਕਿੰਨੀ ਦੇਰ ਬਾਅਦ ਧੁੱਪ ਨਿਕਲੀ ਅੱਜ, ਅੱਜ ਸਹੀ ਲੱਗਦਾ, ਹੁਣ ਥੋੜ੍ਹਾ ਜਿਹਾ ਫਰਕ ਲੱਗਣ ਲੱਗਿਆ ਵੀ ਹੁਣ ਠੀਕ ਜਿਹੇ ਲੱਗਣ ਲੱਗੇ ਹਾਂ, ਨਹੀਂ ਤਾਂ ਧੁੱਪ ਨਹੀਂ ਹੁੰਦੀ ਨਾ, ਮੂਡ ਜਿਹਾ ਵੀ ਡਾਊਨ ਜੇ ਜਾਂਦਾ। ਮੈਜ਼ਰਮੈਂਟ ਕਰਕੇ ਵੀ ਕਿੰਨੇ ਹਿਸਾਬ ਕਿਤਾਬ ਚਾਉਣੀ ਆ, ਓਦਾਂ ਦੇਖਾਂਗੇ। ਜੀ ਲਾਤਾ ਬਾਕੀ ਸਮਾਨ ਵੀ, ਆ ਦੇਖੋ ਲਾਤਾ ਇਹਦੇ 'ਤੇ ਕਵਰਿੰਗ ਕਰੀ ਆਪਾਂ ਵੋਲਪੇਪਰ ਜੇ ਦੀ, ਇਹ ਵੋਲਪੇਪਰ ਸੀ ਆਪਣੇ ਪਾ, ਘੈਂਟ ਹੋ ਗਿਆ ਨਾ, ਐਨ ਸਿਸ਼ਮ ਲੱਗਦਾ ਨਾ, ਮਾਰਬਲ ਲਾਇਆ ਵਾ, ਆਹ ਹੁਣ ਲਾ ਦਾ ਨਹੀਂ ਉੱਥੇ। ਚੱਲ ਬਈ ਲਓ ਜੀ ਆਪਣਾ ਹੋ ਗਿਆ, ਬਿਸਮਿਲਲਾ ਕਰ ਦੇ ਬਿਸਮਿਲਲਾ। ਮੈਂ ਕਿਹਾ ਸੀ ਮੈਂ ਕਿਹਾ 15 ਦਾ ਦੂਜਾ ਲੈ ਲੈਣੇ ਚੌੜਾ ਫਟਾ, ਇਹ ਕਹਿਣ ਚ ਕੁਛ ਹੋਰ ਤੇ ਅਸਲੀਅਤ ਵਿਚ ਕੁਛ ਹੋਰ। ਬੋਲੋ ਅੱਜ ਅਸੀਂ ਤੁਹਾਡਾ ਵਲੌਗ ਬਣਾ ਰਹੇ ਹਾਂ, ਅੱਗੇ ਤੁਸੀਂ ਬਣਾਉਂਦੇ ਹੋ ਸਾਡਾ, ਦੋ ਜਵਾਬ ਹੈ ਕੋਈ ਜਵਾਬ, ਦੋ ਜਵਾਬ ਫਟਾਫਟ ਉੱਤੇ ਉਹ ਚਾੜਤਾ, ਹਾਂ ਮੇਰੇ ਕੋਲ ਆ ਪੇਪਰ ਹੈ ਪੇਪਰ ਹੈ, ਮੈਂ ਚਾੜਦਾ ਚਾੜਦਾ ਇਹਦੇ ਕਿ ਫਟਾ ਹੀ ਛੋਟਾ। ਕਲੋਜ ਹੁਣ ਲੱਕ ਦੇ ਹੱਥ ਧਰ ਕੇ ਪਹਿਲਾਂ ਸੋਚਣਾ ਸੀਗਾ ਲੋਨ ਤੋਂ। ਹਾਂਜੀ ਭਾਜੀ ਦੱਸੋ ਕਿੱਦਾਂ ਭਾਜੀ, ਇੱਕ ਕੰਮ ਆ ਉਹ ਬਾਅਦ ਦਾ ਵੀ ਕੰਮ ਜੀ, ਆਪਾਂ ਸਿਸਟਮ ਕਰ ਵੀ ਲਿਆ, ਉਹ ਉਹਨਾਂ ਨੇ ਹੁਣ ਦੁਬਾਰੇ ਸਮਾਨ ਮੰਗਵਾਇਆ, ਕਹਿੰਦੇ ਫੱਟਾ ਲਾਵਾਂਗੇ ਪਰ ਲੋੜ ਹੀ ਨਹੀਂ ਪੈਣੀ, ਆਪਾਂ ਜਗਾੜ ਲਾਤਾ ਕੋਈ ਸਹੀ ਸੀ। ਅੱਜ ਦਾ ਵਲੌਗ ਜੋ ਵੀ ਆਪਾਂ ਨੇ ਕਰਿਆ, ਆਪਾਂ ਕੱਪੜੇ ਸੁੱਕਣੇ ਪਾਤੇ ਆਪਣੇ, ਮੌਸਮ ਵਧੀਆ ਵੈਸੇ ਅੱਜ, ਜਰਾਬਾਂ, ਬਾਕੀ ਦੇਖਦੇ ਹਾਂ ਹੁਣ ਕੀ ਕਰੀਏ ਯਾਰ, ਐਲਸੀਡੀ ਉਲਸੀਡੀ ਟੰਗਤੀ ਕੱਖ ਤੀ ਆ, ਅਤੇ ਇੱਧਰ ਲਾਈਟ ਲਾਤੀ ਬਾਹਰ ਆਹ ਵਾਲੀ, ਉਹ ਬਾਰਬੀਕਿਊ ਪਿਆ ਆਪਣਾ, ਬਸ ਇਹੀ ਸੀ ਵਲੌਗ ਅੱਜ ਦਾ, ਦੇਖਦੇ ਹਾਂ ਮਿਲਾਂਗੇ ਹੁਣ ਅਗਲੇ ਵਲੌਗ 'ਚ, ਤਦ ਤੱਕ ਦੇ ਲਈ ਧੰਨਵਾਦ ਤੁਹਾਨੂੰ ਸਾਡਾ ਵਲੌਗ ਦੇਖਣ ਦੇ ਲਈ, ਆਪਣੀ ਡਾਈਟ ਮਿਲਦੇ ਹਾਂ, ਹੁਣ ਸਰਫ ਨਹੀਂ ਲੱਭ ਰਿਹਾ ਕੱਪੜੇ ਹੋਰ ਧੋਣੇ ਆ, ਧੋਣ ਨੂੰ ਬਹੁਤ ਕੱਪੜੇ ਪਏ ਸੀਗੇ, ਕਿੰਨੇ ਦਿਨ ਹੋ ਗਏ, 10 ਦਿਨ ਹੀ ਹੋ ਗਏ ਕੱਪੜੇ ਨਹੀਂ ਧੋਤੇ, ਫਿਰ ਉਹ ਸਾਰੇ ਕੱਪੜੇ ਇਕੱਠੇ ਹੋ ਗਏ, ਹੁਣ ਕੱਪੜੇ ਧੋ ਕੇ ਸੁੱਕਣੇ ਪਾਉਂਦੇ ਪਏ ਆ, ਨਵੀਂ ਮਸ਼ੀਨ ਅੱਜ ਆਈ ਆ ਆਪਣੀ, ਦੇਖਦੇ ਹਾਂ ਮਿਲਾਂਗੇ ਹੁਣ ਅਗਲੇ ਵਲੌਗ 'ਚ। ਥੈਂਕ ਯੂ ਤੁਹਾਡਾ ਪਿਆਰ ਦੇ।